ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸਿੰਘ ਦਿਗਪਾਲ। ਲੁਧਿਆਣੇ ਤੋਂ ਆਮ ਆਦਮੀ ਪਾਰਟੀ ਦੇ ਅਸ਼ੋਕ ਪਰਾਸ਼ਰ ਪੱਪੀ ਨੂੰ ਇੱਕ ਵੱਡਾ ਹੁੰਗਾਰਾ ਮਿਲਿਆ। ਅਕਾਲੀ ਦਲ ਦੇ ਮੀਤ ਪ੍ਰਧਾਨ ਅੱਜ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ, ਤਾਂ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਦੇ ਜਿਹੜੇ ਕਿ ਆਗੂ ਨੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ। ਪ੍ਰਿੰਸੀਪਲ ਇਕਬਾਲ ਸਿੰਘ ਦੀ ਅਗਵਾਈ ਦੇ ਵਿੱਚ ਅੱਜ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਗੱਲਬਾਤ ਕਰ ਲੈਂਦੇ ਹਾਂ, ਇਕਬਾਲ ਸਿੰਘ ਜੀ ਕਿਵੇਂ ਦੇਖਦੇ ਹੋ ਅਕਾਲੀ ਦਲ ਦੇ ਵਿੱਚ ਇੰਨਾ ਸਮਾਂ ਤੁਸੀਂ ਕੰਮ ਕੀਤਾ, ਤਾਂ ਅੱਜ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ, ਕੀ ਕਾਰਨ ਨੇ? ਅਕਾਲੀ ਦਲ ਦੇ ਵਿੱਚ ਜਿੰਨੇ ਪੁਰਾਣੇ ਵਰਕਰ ਹੈ ਉਹਨਾਂ ਦੀ ਕਦਰ ਨਹੀਂ ਰਹੀ, ਕੇਵਲ ਤੇ ਕੇਵਲ ਚਾਪਲੂਸਾਂ ਦੀ ਕਦਰ ਹੈ। ਔਰ ਚਾਪਲੂਸੀ ਵੀ ਇੰਨੀ ਕਿ ਹੱਦ ਤੋਂ ਵੱਧ ਪਾਰਟੀ ਨਾਲ ਨਹੀਂ ਜੋੜਦੇ, ਸਿਰਫ ਕਹਿੰਦੇ ਸਾਡੇ ਨਾਲ ਜੁੜੋ, ਬੰਦੇ ਨਾਲ ਜੁੜੋ। ਦੂਸਰੀ ਅਕਾਲੀ ਦਲ ਦੇ ਵਿੱਚ ਇਹ ਖਾਮੀ ਹੈ ਕਿ ਉਹ ਪਰਿਵਾਰ ਤੱਕ ਸੀਮਿਤ ਰਹਿ ਗਿਆ। ਹਾਲਾਂਕਿ ਪਾਰਟੀ ਪ੍ਰਧਾਨ ਠੀਕ ਹੈ ਆਪਣੀ ਥਾਂ 'ਤੇ ਕੰਮ ਕਰ ਰਹੇ, ਵਰਕ ਕਰ ਰਹੇ, ਪਰ ਪਾਰਟੀ ਪ੍ਰਧਾਨ ਨੂੰ ਚਾਹੇ ਚੰਡੀਗੜ੍ਹ ਦਾ ਟੋਲਾ ਹੈ, ਚਾਹੇ ਲੁਧਿਆਣੇ ਦੇ ਸਾਡੇ ਜਿੰਨੇ ਵੀ ਚਾਪਲੂਸ ਲੀਡਰ ਨੇ, ਸਿਰਫ ਆਪਣੇ ਤੱਕ ਸੀਮਿਤ ਰੱਖ ਕੇ ਉਹਨਾਂ ਨੂੰ ਝੂਠੀਆਂ ਗੱਲਾਂ ਦੱਸ ਕੇ ਪਾਰਟੀ ਬਿਲਕੁਲ ਜ਼ੀਰੋ 'ਤੇ ਚਲੀ ਗਈ ਹੈ, ਮਾਈਨਸ ਤੋਂ ਮਾਈਨਸ ਚਲੀ ਗਈ ਹੈ। ਸੋ ਇਸ ਲਈ ਆਮ ਆਦਮੀ ਪਾਰਟੀ ਦੀਆਂ ਜੋ ਨੀਤੀਆਂ ਨੇ, ਆਮ ਵਰਕਰ ਨੂੰ ਮਾਣ ਸਨਮਾਨ ਮਿਲਦਾ, ਜਿੱਥੇ ਇਹਨਾਂ ਨੇ ਮੁਹੱਲਾ ਕਲੀਨਿਕ ਖੋਲ੍ਹੇ, ਉੱਥੇ ਸਕੂਲਾਂ ਦੇ ਵਿੱਚ ਤਰੱਕੀ ਕਰ ਰਹੇ ਨੇ, ਉੱਥੇ ਹਰ ਪੰਜਾਬ ਦੇ ਵਿੱਚ ਹਰ ਘਰ ਨੂੰ ਬਿਜਲੀ ਦੇ ਬਿੱਲ ਨਹੀਂ ਆ ਰਹੇ ਸਾਲ ਸਾਲ ਤੋਂ ਲਗਾਤਾਰ, ਕਿਉਂਕਿ ਆਮ ਜਿਹੜੇ ਲੋਕ ਹੈ ਜਿਨ੍ਹਾਂ ਦੀ ਸੋਚ, ਜਿਨ੍ਹਾਂ ਨੇ ਰੋਜ਼ੀ ਰੋਟੀ ਕਮਾ ਕੇ ਖਾਣਾ, ਹੁਣ ਜਦੋਂ ਉਹਨਾਂ ਦੇ ਬਿੱਲ ਨਹੀਂ ਆਉਣਗੇ ਮਹੀਨੇ ਦਾ 2,000-3,000, ਤਾਂ ਉਹਨਾਂ ਦਾ ਰੋਜ਼ੀ ਰੋਟੀ ਦਾ ਜਿਹੜਾ ਰੋਟੀ ਪਾਣੀ ਦਾ ਖਰਚਾ ਰਸੋਈ ਦਾ ਸਾਰਾ ਇੱਥੋਂ ਚੱਲਦਾ। ਹੋਰ ਵੀ ਸਕੀਮਾਂ ਦੇ ਰਹੇ ਨੇ, ਸੱਚ 'ਤੇ ਪਹਿਰਾ ਦੇ ਰਹੀ ਹੈ ਪਾਰਟੀ, ਕਿਉਂਕਿ ਪੁਰਾਣੇ ਜਿੰਨੇ ਵੀ ਵਰਕਰ ਨੇ ਉਹਨਾਂ ਦਾ ਵੀ ਮਾਣ ਸਤਿਕਾਰ, ਜਿਹੜੇ ਨਵੇਂ ਵੀ ਆ ਰਹੇ ਨੇ ਕੰਮ ਕਰਨ ਵਾਲੇ ਵਰਕਰ ਦੀ ਸਤਿਕਾਰ ਹੈ, ਉੱਥੇ ਕੇਵਲ ਨੋਟਾਂ ਦੀ ਅਤੇ ਚਾਪਲੂਸਾਂ ਦੀ। ਪਾਰਟੀ ਨੂੰ ਕੋਈ ਉੱਪਰ ਚੱਕਣ ਦੀ ਸੋਚ ਨਹੀਂ ਹੈਗੀ, ਪਾਰਟੀ ਮਰਦੀ ਮਰ ਜਾਵੇ, ਕਹਿਣ ਤੋਂ ਭਾਵ ਅਕਾਲੀ ਦਲ ਖਾਲੀ ਦਲ ਹੋ ਜਾਵੇ, ਅਕਾਲੀ ਦਲ ਵੀ ਉਹਨਾਂ ਨੂੰ ਮਨਜ਼ੂਰ ਹੈ, ਬਸ ਉਹਨਾਂ ਨੂੰ ਆਪਣੀਆਂ 4-5 ਬੰਦਿਆਂ ਨੂੰ ਕੁਰਸੀਆਂ ਚਾਹੀਦੀਆਂ। ਇਸ ਲਈ ਭਰੇ ਮਨ ਨਾਲ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸੇਵਾ ਕਰਾਂਗੇ, ਅੱਗੇ ਵੀ ਸੇਵਾ ਕੀਤੀ ਹੈ, ਮਨ ਨਾਲ ਸੇਵਾ ਕਰਾਂਗੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀ ਚੜ੍ਹਦੀ ਕਲਾ ਦੀ ਕੰਮ ਕਰਾਂਗੇ। 2022 ਦੇ ਵਿੱਚ ਜਿਸ ਤਰ੍ਹਾਂ ਦਾ ਅਕਾਲੀ ਦਲ ਦਾ ਹਾਲ ਰਿਹਾ, ਉਸ ਤੋਂ ਬਾਅਦ ਵੀ ਅਕਾਲੀ ਦਲ ਨੂੰ ਹਜੇ ਵੀ ਸਮਝ ਨਹੀਂ ਆਈ ਕਿ ਵਰਕਰਾਂ ਨੂੰ ਜਾਂ ਫਿਰ ਅਹੁਦੇਦਾਰਾਂ ਨੂੰ ਕਿਵੇਂ ਸਮੇਟ ਕੇ ਰੱਖਣਾ, ਸਾਂਭ ਕੇ ਰੱਖਣਾ, ਨਾਲ ਜੁੜ ਕੇ ਰੱਖਣਾ? 2022 ਦੇ ਵਿੱਚ ਜੋ ਅਕਾਲੀ ਦਲ ਦਾ ਹਾਲ ਹੋਇਆ ਇਤਿਹਾਸ ਦੇ ਵਿੱਚ ਬਹੁਤ ਬੁਰਾ ਹਾਲ ਸੀ, 2-3 ਸੀਟਾਂ ਮਿਲੀਆਂ ਸਾਰੀਆਂ, ਪਰ ਫਿਰ ਵੀ ਮੈਂ ਪਹਿਲਾਂ ਵੀ ਕਿਹਾ ਅਕਾਲੀ ਦਲ ਨੂੰ ਜੇ ਅਕਲ ਆ ਜਾਂਦੀ ਤਾਂ ਆਪਣੇ ਵਰਕਰ ਨੂੰ ਸਾਂਭ ਲੈਂਦਾ। ਕੇਵਲ ਤੇ ਕੇਵਲ ਇਹਨਾਂ ਨੂੰ ਦੌੜ ਹੈ ਵੀ ਸਾਡੀ ਸਿਰਫ ਜੈਜਾਕਾਰ ਹੋਵੇ, ਵਰਕਰ ਦੀ ਕੋਈ ਲੋੜ ਨਹੀਂ। ਅਤੇ ਮੈਨੂੰ ਲੱਗਦਾ ਹੈ ਆਉਣ ਵਾਲੇ ਸਮੇਂ 'ਚ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਜਿੱਤੇਗੀ, ਔਰ ਅਕਾਲੀ ਦਲ ਦਾ ਇੱਥੋਂ ਨਾਮ ਨਿਸ਼ਾਨ ਮਿਟ ਜਾਏਗਾ। ਤੁਸੀਂ ਜ਼ਿਲ੍ਹੇ ਟੀਮ ਦੇ ਵਿੱਚ ਵੀ ਕੰਮ ਕੀਤਾ, ਸਟੇਡੀ ਟੀਮ ਦੇ ਵਿੱਚ ਵੀ ਕੰਮ ਕੀਤਾ, ਕਾਰਨ ਕੀ ਸਮਝਦੇ ਹੋ, ਬੁਕਤ ਕਿਉਂ ਨਹੀਂ ਪੈ ਰਹੀ ਵਰਕਰਾਂ ਦੀ? ਮੈਂ ਇਸ ਲਈ ਦੱਸ ਰਿਹਾ ਤੁਹਾਨੂੰ, ਮੈਂ 1980 'ਚ ਅਕਾਲੀ ਦਲ ਦਾ ਕੰਮ ਸ਼ੁਰੂ ਕੀਤਾ, ਮੈਂ ਯੂਥ ਵਿੰਗ 'ਚ ਵੀ ਕੰਮ ਕੀਤਾ, ਯੂਥ ਵਿੰਗ ਦੀ ਨੈਸ਼ਨਲ ਬਾਡੀ 'ਚ ਵੀ ਕੰਮ ਕੀਤਾ, ਲੁਧਿਆਣੇ ਜ਼ਿਲ੍ਹੇ ਦੀ ਬਾਡੀ 'ਚ ਵੀ ਕੰਮ ਕੀਤਾ, ਉੱਪਰ ਵੀ ਹਾਈ ਕਮਾਂਡ ਦੇ ਨਾਲ ਮੈਂ ਕੈਪਟਨ ਕਵਲਜੀਤ ਸਿੰਘ ਦੇ ਨਾਲ 9 ਸਾਲ ਲਾਏ। ਜਦੋਂ ਤੋਂ ਮੈਂ ਉਹਨਾਂ ਨਾਲ 9 ਸਾਲ ਲਾਏ, ਉਹਨਾਂ ਦੀ ਡੈਥ ਤੋਂ ਬਾਅਦ ਅਕਾਲੀ ਦਲ 'ਚ ਇੰਨੀ ਗਿਰਾਵਟ ਆਈ, ਅਕਾਲੀ ਦਲ ਕੇਵਲ ਕਹਿੰਦਾ ਕਿ ਸਿਰਫ ਸਾਡੇ ਨਾਲ ਜੁੜੋ, ਮੈਂ ਘਰ ਬੈਠਾ, ਮੈਂ ਆਪਣੇ ਦਫ਼ਤਰ ਤੋਂ ਬੈਠਾ, ਦਫ਼ਤਰ ਆਓ, ਮਿਲੋ ਅਤੇ ਜਾਓ, ਕੀ ਲੈ ਕੇ ਆਏ ਹੋ ਧਨਾਡਾਂ ਦੀ ਪਾਰਟੀ, ਆਮ ਵਰਕਰ ਦੀ ਕੋਈ ਸੁਣਾਈ ਨਹੀਂ। ਇਸ ਲਈ ਦੁਖੀ ਮਨ ਨਾਲ ਇਹ ਸਭ ਕੁਝ ਕੀਤਾ। ਔਰ ਆਮ ਆਦਮੀ ਪਾਰਟੀ ਦੇ ਵਿੱਚ ਤੁਸੀਂ ਸ਼ਾਮਲ ਹੋਏ, ਇਹਨਾਂ ਦੇ ਕਿਹੜੀਆਂ ਨੀਤੀਆਂ ਤੁਹਾਨੂੰ ਵਧੀਆ ਲੱਗੀਆਂ? ਇਹਨਾਂ ਦੀਆਂ ਦੇਖੋ, ਸਭ ਤੋਂ ਵੱਡੀ ਗੱਲ ਤਾਂ ਮੈਂ ਪਹਿਲਾਂ ਦੱਸਿਆ ਵੀ ਜਿਹੜੇ ਬਿਜਲੀ ਦੇ ਬਿੱਲ ਇਹਨਾਂ ਨੇ ਲੋਕਾਂ ਨੂੰ ਮਾਫ਼ ਕੀਤੇ ਆ। ਨੰਬਰ 2, ਜਿਹੜੇ ਸਕੂਲ ਖੁੱਲ੍ਹ ਰਹੇ ਆ, ਸਕੂਲਾਂ ਦੇ ਵਿੱਚ ਆਮ ਬੰਦਿਆਂ ਨੂੰ, ਬੱਚਿਆਂ ਨੂੰ ਵਧੀਆ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਪੜ੍ਹਾਈ ਮਿਲ ਰਹੀ ਹੈ, ਮੁਹੱਲਾ ਕਲੀਨਿਕ ਖੁੱਲ੍ਹ ਰਹੇ ਆ, ਉਹਨਾਂ ਦੇ ਲੋਕਾਂ ਦਾ ਇਲਾਜ ਫ੍ਰੀ ਹੋ ਰਿਹਾ, ਕਈ ਸਹੂਲਤਾਂ ਦੇ ਰਿਹਾ। ਅੱਗੋਂ ਆਉਣ ਵਾਲੇ ਸਮੇਂ 'ਚ ਵੀ ਹੋਰ ਵੀ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਸੱਚ 'ਤੇ ਚੱਲਣ ਵਾਲੀਆਂ ਨੇ। ਸੋ ਇਸ ਲਈ ਇਸ ਗੱਲਾਂ ਨੂੰ ਸਾਰਿਆਂ ਨੂੰ ਦੇਖਦੇ ਹੋਏ, ਕਿਉਂਕਿ ਵਰਕਰ ਦੀ ਬਹੁਤ ਕਦਰ ਹੈ ਔਰ ਆਮ ਬੰਦੇ ਦੀ ਕਦਰ ਹੈ, ਇਸ ਗੱਲ ਨੂੰ ਪਹਿਲ ਦੇ ਆਧਾਰ 'ਤੇ ਲੈ ਕੇ
ਅੱਗੋਂ ਆਉਣ ਵਾਲੇ ਸਮੇਂ 'ਚ ਜੋ ਇਹਨਾਂ ਨੇ 1000 ਰੁਪਏ ਦਾ ਵਾਅਦਾ ਕੀਤਾ, ਮੈਂ ਸਮਝਦਾ ਇਸ ਇਲੈਕਸ਼ਨ ਤੋਂ ਬਾਅਦ ਉਹ ਵੀ ਪੂਰਾ ਕੀਤਾ ਜਾਏਗਾ। ਲੱਗਦਾ ਕਿ ਇੱਥੇ ਆ ਕੇ ਤੁਹਾਨੂੰ ਬਣਦਾ ਮਾਣ ਸਨਮਾਨ ਮਿਲੇਗਾ? ਮਾਣ ਸਨਮਾਨ ਤਾਂ ਇਹ ਆ ਵੀ ਮਾਣ ਸਨਮਾਨ ਪ੍ਰਿੰਸੀਪਲ ਇਕਬਾਲ ਸਿੰਘ ਆਪ ਹੈ, ਮਾਣ ਸਨਮਾਨ ਉਹਨੂੰ ਮਿਲਦਾ ਜਿਹੜਾ ਕੰਮ ਕਰੇ, ਔਰ ਮੈਂ ਕੰਮ ਕਰਨ ਵਾਲਾ ਬੰਦਾ, ਮੈਂ ਸੱਚ 'ਤੇ ਤੁਰਨ ਵਾਲਾ ਬੰਦਾ, ਇਸ ਲਈ ਮੇਰਾ ਮਾਣ ਸਨਮਾਨ ਮੇਰੀ ਹੈ, ਸਾਰੀ ਸੈਨਾ ਮੇਰੇ ਸਾਥੀ ਨੇ, ਮੇਰੇ ਨਾਲ ਜਿਹੜਾ 5000 ਬੰਦਾ ਜੁੜਿਆ ਹੋਇਆ ਉਹਨਾਂ ਦਾ ਮਾਣ ਸਨਮਾਨ ਹੀ ਮੇਰੇ ਲਈ ਮਾਣ ਹੈ। ਪਾਰਟੀ ਜੋ ਮਾਣ ਸਨਮਾਨ ਦੇਵੇਗੀ ਤਾਂ ਵੀ ਠੀਕ ਹੈ, ਜੇ ਕਹੇਗੀ ਸੇਵਾ ਕਰਨੀ ਹੈ, ਜੋ ਸੇਵਾ ਲਾਉਣਗੇ ਉਹ ਸੇਵਾ ਕਰਨ ਨੂੰ ਤਿਆਰ ਹਾਂ। ਬਿਲਕੁਲ, ਇਹ ਸਨ ਅਕਾਲੀ ਦਲ ਦੇ ਸਾਬਕਾ ਅਕਾਲੀ ਦਲ ਦੇ ਮੀਤ ਪ੍ਰਧਾਨ, ਜੋ ਹੁਣ ਆਮ ਆਦਮੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ, ਅਤੇ ਕਿਹਾ ਜਾ ਰਿਹਾ ਅਕਾਲੀ ਦਲ ਜਿਹੜਾ ਕਿ ਉਹ ਅਕਾਲੀ ਦਲ ਬੰਦਾ ਜਾ ਰਿਹਾ, ਵਰਕਰਾਂ ਦੀ ਜਿਹੜੀ ਕਿ ਪੁੱਛ ਪੜਤਾਲ ਉਹ ਨਹੀਂ ਕੀਤੀ ਜਾਂਦੀ, ਕਦਰ ਨਹੀਂ ਕੀਤੀ ਜਾਂਦੀ, ਇਸੇ ਕਰਕੇ ਵਰਕਰ ਜਿਹੜੇ ਕਿ ਵੱਡੀ ਗਿਣਤੀ ਵਿੱਚ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਕੈਮਰਾ ਪਰਸਨ ਮਨੀਸ਼ ਦੇ ਨਾਲ ਹਿੰਮਤ ਸਿੰਘ ਦੀਪਾਲ, ਦੈਨਿਕ ਸਵੇਰਾ, ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।